ਪਠਾਨਕੋਟ ਟ੍ਰੈਫਿਕ ਪੁਲਿਸ ਨੇ ਅੱਜ ਪਠਾਨਕੋਟ ਦੇ ਗਾਂਧੀ ਚੌਂਕ ਵਿੱਚ ਇੱਕ ਨਵਾਂ ਉਪਰਾਲਾ ਕੀਤਾ, ਜਿਸ ਦੇ ਚਲਦੇ ਉਹਨਾਂ ਨੇ ਲੋਕਾਂ ਨੂੰ ਰੋਕ ਕੇ ਟ੍ਰੈਫਿਕ ਰੂਲਾਂ ਦੇ ਬਾਰੇ ਦੱਸਿਆ। ਉੱਥੇ ਹੀ ਲੋਕਾਂ ਨੂੰ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਅਤੇ ਪ੍ਰਦੂਸ਼ਣ ਤੋਂ ਮੁਕਤ ਰੱਖਣ ਲਈ ਵਿਭਿੰਨ ਪ੍ਰਜਾਤੀ ਦੇ ਪੌਦੇ ਵੰਡੇ, ਜਿਸ ਦੇ ਚਲਦੇ ਉਹਨਾਂ ਲੋਕਾਂ ਨੂੰ ਦੱਸਿਆ ਕਿ ਜਿੱਥੇ ਸਾਡਾ ਵਾਤਾਵਰਨ ਸਾਫ਼ ਸੁਥਰਾ ਹੋਵੇਗਾ, ਗਲੋਬਲ ਵਾਰਮਿੰਗ ਤੋਂ ਬਚਣ ਦੇ ਵਿੱਚ ਵੀ ਇਸਦਾ ਜੋ ਹੈ ਫਾਇਦਾ ਹੋਵੇਗਾ, ਉੱਥੇ ਹੀ ਬਾਰਿਸ਼ ਪ੍ਰਦੂਸ਼ਣ ਤੋਂ ਵੀ ਸਾਨੂੰ ਮੁਕਤੀ ਮਿਲੇਗੀ। ਇਸ ਮੌਕੇ ਲੋਕਾਂ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਪੇੜ ਪੌਦੇ ਲਗਾਓ ਅਤੇ ਵਾਤਾਵਰਨ ਨੂੰ ਬਚਾਓ। ਨਹੀਂ, ਬਹੁਤ ਅੱਛਾ, ਅੱਜ ਪਠਾਨਕੋਟ ਟ੍ਰੈਫਿਕ ਪੁਲਿਸ ਨੇ ਬਹੁਤ ਅੱਛਾ ਕੰਮ ਕੀਆ ਹੈ। ਇਹ ਪੇੜ ਦੇਣਾ ਬਹੁਤ ਹੀ ਅੱਛਾ, ਇੱਕ ਹਮਾਰੇ ਇਨਵਾਇਰਮੈਂਟ ਕੋ ਸਵੱਛ, ਕਲੀਨ ਔਰ ਬਾਰਿਸ਼ ਕਾ ਕਾਰਨ ਅੱਛਾ ਬਣੇਗਾ। ਜੀ, ਪੇੜ ਲਗਾਏ ਔਰ ਆਪਣੇ ਵਾਤਾਵਰਨ ਕੋ ਸਵੱਛ ਰੱਖੇ, ਬਚਾਏ ਵਾਤਾਵਰਨ ਤੋਂ। ਦੇਖੋ ਜੀ, ਅੱਜ ਦੇ ਦੌਰ ਦੇ ਵਿੱਚ ਜਿਹੜੀ ਪਿਛਲੀ ਕਹਾਵਤ ਹੁੰਦੀ ਰਹੀ ਹੈ ਕੁਛ, ਉਹ ਪੁਲਿਸ ਵੱਲੋਂ ਕੀ ਕਹਿੰਦੇ ਆ, ਲੇਕਿਨ ਅੱਜ ਦੇ ਦੌਰ ਦੇ ਵਿੱਚ ਜਿਹੜਾ ਸਮਾਂ ਚੱਲ ਰਿਹਾ, ਪੁਲਿਸ A1 ਕੰਮ ਕਰ ਰਹੀ ਹੈ, ਜਿਹਨੂੰ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਕੀ ਸਾਡੇ ਪਠਾਨਕੋਟ ਦੇ ਵਿੱਚ ਇੰਚਾਰਜ ਲੱਗੇ ਨੇ ਟ੍ਰੈਫਿਕ ਦੇ, ਬ੍ਰਹਮਦਾਸ ਜੀ। ਇਹ ਮੇਰੇ ਕੱਲੇ ਕਹਿਣ ਦੀ ਗੱਲ ਨਹੀਂ, ਪੂਰੇ ਪਠਾਨਕੋਟ ਨੂੰ ਪੁੱਛ ਸਕਦੇ ਹੋ ਕਿ ਜਿਹਦੇ ਤੇ ਟ੍ਰੈਫਿਕ ਇੰਚਾਰਜ ਬਣੇ ਨੇ, ਇਹਨਾਂ ਨੇ ਜਿਹੜੇ ਕੰਮ ਕੀਤੇ ਨੇ, ਬੱਚਿਆਂ ਨੂੰ ਸੂਜ ਦਿੰਦੇ ਨੇ, ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿੰਦੇ ਨੇ, ਪੈਨਸਲਾਂ ਲੈ ਕੇ ਦਿੰਦੇ ਨੇ, ਖਿਲਾਰ ਖਿਲਾਰ ਕੇ ਬੱਚਿਆਂ ਨੂੰ। ਅੱਜ ਪੌਦਾ ਰੱਖਣ ਹੋ ਰਿਹਾ, ਅੱਜ ਦੇ ਦੌਰ ਤੇ ਜਿੱਦਾਂ ਬਿਮਾਰੀਆਂ ਚੱਲ ਰਹੀਆਂ, ਪੌਦਾ ਲਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਕਸੀਜਨ ਜਿਹੜੀ ਆ ਤੇ ਸਭ ਤੋਂ ਵਧੀਆ ਉੱਤਮ ਜਿਹੜਾ ਕੰਮ ਆ ਜਿਹੜਾ ਪੌਦਾ ਦੇਣ ਵਾਲੀ ਹੈ, ਕਿ ਇਹਦੇ ਤੋਂ ਬਿਮਾਰੀਆਂ ਤੋਂ ਬਚਾਉਂਦੀ ਹੈ। ਇਸ ਮੌਕੇ ਤੇ AMI ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਬ੍ਰਹਮਦੱਤ ਨੇ ਕਿਹਾ। ਟ੍ਰੈਫਿਕ ਇੰਚਾਰਜ ਬ੍ਰਹਮਦੱਤ ਵੱਲੋਂ ਅੱਜ ਗਾਂਧੀ ਚੌਂਕ ਦੇ ਵਿੱਚ ਇੱਕ ਜੋ ਹੈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ, ਵਾਤਾਵਰਨ ਨੂੰ ਲੈ ਕੇ ਉਹਨਾਂ ਨੇ ਜੋ ਹੈ ਲੋਕਾਂ ਨੂੰ ਸੰਦੇਸ਼ ਦਿੱਤਾ ਹੈ, ਇਸੇ ਦੇ ਚਲਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਿੱਦਾਂ ਤੁਸੀਂ ਅੱਜ ਇੱਕ ਬਹੁਤ ਵਧੀਆ ਉਪਰਾਲਾ ਕੀਤਾ, ਮਤਲਬ ਤੁਹਾਡੇ ਦਿਮਾਗ 'ਚ ਕਿਹੜੀ ਚੀਜ਼ ਆਈ ਸੀ? ਅੱਜ ਦੇਖੋ ਜੀ, ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਆਪਾਂ ਨੈਟਾਂ ਵਾਲੇ ਚੌਂਕ ਵਿੱਚ ਡਿਊਟੀ ਕਰ ਰਹੇ ਸੀਗੇ, ਅਤੇ ਉੱਥੋਂ ਆਪਾਂ ਸੋਚਿਆ ਵੀ ਅੱਜ ਕਿਉਂ ਨਾ, ਅੱਜ ਇੱਕ ਦੋ ਬਾਰਿਸ਼ ਦਾ ਮੌਸਮ, ਅੱਜ ਆਪਾਂ ਚਲਾਨ ਨਾ ਕਰੀਏ, ਜਿਹੜਾ ਚਲਾਨ ਆਪਾਂ ਕਰਾਂਗੇ ਉਹਨੂੰ ਕਿਉਂ ਨਾ ਆਪਾਂ ਅੱਜ ਇੱਕ ਪੇੜ ਦਈਏ, ਇੱਕ ਬੂਟਾ ਦਈਏ, ਅਤੇ ਉਹਨੂੰ ਕਹੀਏ ਵੀ ਅੱਜ ਤੋਂ ਆਪਣੇ ਘਰ ਜਾ ਕੇ ਅਤੇ ਪੇੜ ਲਗਾਓ, ਤਾਂ ਕਿ ਆਪਣਾ ਜਿਹੜਾ ਵਾਤਾਵਰਨ ਹੈ ਸਾਫ਼ ਸੁਥਰਾ ਅਤੇ ਸਵੈਸ਼ ਰਹੇ, ਅਤੇ ਇਸੇ ਲੜੀ ਨਾਲ ਹੀ ਅੱਜ ਆਪਾਂ ਸਾਰਿਆਂ ਨੂੰ ਪੇੜ ਦੇ ਕੇ ਅਤੇ ਸਾਰਿਆਂ ਨੂੰ ਭੇਜਿਆ, ਉਹਨਾਂ ਦਾ ਚਲਾਨ ਨਹੀਂ ਕੀਤੀ ਆਪਾਂ। ਦੇਖੋ ਜੀ, ਆਪਾਂ ਤੇ ਆਮ ਪਬਲਿਕ ਨੂੰ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਟ੍ਰੈਫਿਕ ਰੂਲ ਆ ਉਹ ਸਾਰੇ ਫਾਲੋ ਕਰੋ, ਜੇ 2-ਵੀਲਰ ਚਲਾ ਰਹੇ ਹੋ ਤੇ ਉਹਤੇ ਹੈਲਮਟ ਜ਼ਰੂਰ ਪਹਿਨੋ, ਜੇ 4-ਵੀਲਰ ਚਲਾ ਰਹੇ ਹੋ ਤੇ ਉਹ ਸੀਟ ਬੈਲਟ ਲਗਾਓ, ਤੇ ਇੱਕ ਬਹੁਤ ਮੇਨ ਜਾਣਕਾਰੀ ਹੈ ਵੀ ਜਿਹੜੀ ਆਪਾਂ ਕਾਰਾਂ ਦੇ ਵਿੱਚ ਸਾਡੇ ਸਨ ਫਲੈਮ ਹੁੰਦਾ, ਉਹਦੇ ਵਿੱਚ ਬੱਚੇ ਜਿਹੜੇ ਨੇ ਉਹ ਖੜ੍ਹੇ ਹੋ ਜਾਂਦੇ ਨੇ, ਉਹਦੇ ਵਿੱਚ ਜਿਹੜਾ ਉਹ ਬੱਚਿਆਂ ਦੇ ਮਾਤਾ ਪਿਤਾ ਦਾ ਧਿਆਨ ਜਿਹੜਾ ਉਹ ਬੱਚਿਆਂ 'ਚ ਰਹਿੰਦਾ, ਤਾਂ ਉਹ ਵੀ ਐਕਸੀਡੈਂਟ ਦਾ ਕਾਰਨ ਬਣਦਾ, ਅਤੇ ਪੁਲਿਸ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਅਵਾਇਡ ਕੀਤਾ ਜਾਵੇ, ਅਤੇ ਟ੍ਰੈਫਿਕ ਰੂਲ ਜਿਹੜੇ ਨੇ ਉਹ ਸਾਰਿਆਂ ਨੂੰ ਫਾਲੋ ਕਰਨੇ ਚਾਹੀਦੇ ਜੀ। ਸਰ, ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਅਤੇ ਤੁਹਾਨੂੰ ਇਸ ਉਪਰਾਲੇ ਲਈ ਜੋ ਹੈ ਸ਼ੁਭਕਾਮਨਾਵਾਂ। ਥੈਂਕ ਯੂ ਜੀ, ਥੈਂਕ ਯੂ। यार, आज कहीं बाहर खाने चलें? तो चलो दिल्ली के मोस्ट फेमस रेस्टोरेंट चावड़ा दिल्ली वाला चलते हैं, जो अब खुल चुका है अपने शहर पठानकोट में भी, जहां मिलेगा आपको इनका फेमस पिशौरी चिकन और वेज नॉन वेज में ढेरों जायकेदार वैरायटीज। चावड़ा दिल्ली वाला, पाइनवुड डेकोर टावर, अपोजिट नोवेल्टी हुंडई, डलहौजी रोड, पठानकोट। कॉल 7696588832। Thank you.
साल गजाधारी ज्वेलर्स जो है पिछले 75 सालों से आप सभी का भरोसा आपकी खुशियों के साथ। आशा पूर्णी मंदिर पठानकोट से मनचंदा टावर ढलोजी रोड। प्रभ दयाल गजाधारी ज्वेलर्स जो है पिछले 75 सालों से आप सभी का भरोसा आपकी खुशियों के साथ। आशा पूर्णी मंदिर पठानकोट से मनचंदा टावर डलहौजी रोड। प्रभ दयाल गजाधारी ज्वेलर्स जो है पिछले 75 सालों से आप सभी का भरोसा आपकी खुशियों के साथ। आशा पूर्णी मंदिर पठानकोट से मनचंदा टावर डलहौजी रोड। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स। सबसे सस्ता सबसे अच्छा, डिफेंस रोड ममून पठानकोट। कॉन्टैक्ट 9614196141।